ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਇਸ ਵੇਲੇ ਰੁਕੇ ਹਾਂ ਟੋਲ ਪਲਾਜ਼ਾ ਕੋਟ ਕਰੋੜ ਕਲਾਂ। ਜਦੋਂ ਅਸੀਂ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਜਾਂਦੇ ਹਾਂ ਜੀ, ਅਤੇ ਜੀਰੇ ਤੋਂ ਅੱਗੇ ਕੋਟ ਕਰੋੜ ਕਲਾਂ ਦਾ ਇੱਕ ਟੋਲ ਪਲਾਜ਼ਾ ਆਉਂਦਾ ਵਾ ਜੀ। ਆਹ ਦੇਖੋ, ਆਹ ਸਾਡੇ ਕਿਸਾਨ ਵੀਰ ਨੇ, ਆਪਾਂ ਨੂੰ ਸਭ ਨੂੰ ਬੇਨਤੀ ਕਰੂੰਗਾ ਇਹਨਾਂ ਦੇ ਕਲੋਜ਼ ਅਪ ਸਾਰਿਆਂ ਦੇ ਦਿਖਾਉਣ। ਇਸ ਵੇਲੇ ਰਾਤ ਦੇ ਤਕਰੀਬਨ 8 ਵੱਜ ਚੁੱਕੇ ਨੇ ਮੇਰੇ ਖਿਆਲ ਦੇ ਵਿੱਚ, ਅਤੇ ਇਹ ਇੱਥੇ ਧਰਨਾ ਲਾ ਕੇ ਬੈਠੇ ਨੇ। ਮੇਰੇ ਵੀਰੋ ਕਿੰਨਾ ਵਾਸਤੇ ਬੈਠੇ ਨੇ? ਤੁਹਾਡੇ ਵਾਸਤੇ, ਕਿਸਾਨਾਂ ਵਾਸਤੇ, ਪੰਜਾਬੀਆਂ ਵਾਸਤੇ, ਤੁਹਾਡੇ ਹੱਕਾਂ ਵਾਸਤੇ ਬੈਠੇ ਨੇ। ਇਸ ਟੋਲ ਪਲਾਜ਼ੇ 'ਤੇ ਪਰਚੀ ਕੱਟਣੀ ਜਿਹੜੀ ਹੈ ਕਿਸਾਨ ਵੀਰਾਂ ਨੇ ਬੰਦ ਕਰਵਾਈ ਹੋਈ ਹੈ। ਇਹ ਜਦੋਂ ਘਰਾਂ ਨੂੰ ਚੱਲ ਗਏ ਉਹਨਾਂ ਨੇ ਫਿਰ ਚਾਲੂ ਕਰ ਦੇਣੀ ਹੈ। ਇਸ ਕਰਕੇ ਆ ਵੀਰਾਂ ਨੇ ਇੱਥੇ ਹੀ ਦੇਖੋ ਗੱਦਾ ਸੁੱਟਿਆ ਹੋਇਆ, ਇੱਥੇ ਹੀ ਝੰਡੇ ਲੈ ਕੇ ਆ ਸਾਰੇ ਕਿਸਾਨ ਵੀਰ ਬੈਠੇ ਹੋਏ ਨੇ। ਟੋਲ ਪਲਾਜ਼ਾ ਇਕੱਲੇ ਕਿਸਾਨਾਂ ਨੂੰ ਨਹੀਂ ਪੈਂਦਾ, ਸਾਰਿਆਂ ਨੂੰ ਸੋਚਣ ਦੀ ਲੋੜ ਹੈ, ਸਾਰੇ ਮੇਰੇ ਵੀਰਾਂ ਨੂੰ ਸੋਚਣ ਦੀ ਲੋੜ ਹੈ। ਇੱਥੇ ਟੋਲ ਪਲਾਜ਼ਾ ਵਾਲੇ ਜਿਹੜੇ ਆਪਣੀਆਂ ਮਨਾਹੀਆਂ ਪੈਸੇ ਲੈਂਦੇ ਨੇ ਤੁਹਾਡੇ ਕੋਲੋਂ, ਇੱਕ ਸੜਕ ਬਣਾਉਣ 'ਤੇ ਜੇ 1 ਕਰੋੜ ਲੱਗਦਾ ਤਾਂ 50 ਕਰੋੜ ਇਕੱਠਾ ਕਰਦੇ ਨੇ। ਆਮ ਲੋਕਾਂ ਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ ਕਿ ਕਿੰਨਾ ਪੈਸਾ ਇਕੱਠਾ ਕਰਿਆ। ਜੇ ਸੜਕ ਬਣਾਉਣ 'ਤੇ ਟੋਲ ਪਲਾਜ਼ੇ ਦੀ ਫੀਸ ਲੈਣੀ ਹੈ ਤਾਂ ਫਿਰ ਰਜਿਸਟ੍ਰੇਸ਼ਨ ਫੀਸ ਕਿਉਂ ਲਈ ਜਾਂਦੀ ਹੈ? ਇੱਕ ਨਵੀਂ ਗੱਡੀ 10 ਲੱਖ ਦੀ ਲਈਏ ਤਾਂ ਉੱਤੇ 50,000 ਰੁਪਇਆ ਰਜਿਸਟ੍ਰੇਸ਼ਨ ਦਾ ਰੋਡ ਟੈਕਸ ਲਿਆ ਜਾਂਦਾ, ਉਹ ਕਿਉਂ ਲਿਆ ਜਾਂਦਾ? ਜਾਂ ਤਾਂ ਰੋਡ ਟੈਕਸ ਮਾਫ਼ ਕੀਤਾ ਜਾਵੇ ਜਾਂ ਟੋਲ ਪਲਾਜ਼ਾ ਮਾਫ਼ ਕੀਤਾ ਜਾਵੇ। ਇਹ ਤਾਂ ਕਿਸਾਨਾਂ ਦੀ ਹਿੰਮਤ ਹੈ, ਇਹਨਾਂ ਸਾਰੇ ਸਾਡੇ ਵੀਰਾਂ ਦੀ ਹਿੰਮਤ ਆ, ਅਸੀਂ ਵੀ ਕਿਸਾਨ ਹਾਂ, ਕਿ ਇਹਨਾਂ ਨੇ ਇਸ ਵੇਲੇ ਜਿਹੜੇ ਕਿ ਆਪਣਾ ਘਰ ਬਾਰ ਛੱਡ ਕੇ ਰੋਡ 'ਤੇ ਧਰਨਾ ਲਾ ਕੇ ਬੈਠੇ ਹੋਏ ਨੇ। ਸੋ ਮੇਰੇ ਵੀਰੋ ਸਾਰੇ ਟੋਲ ਪਲਾਜ਼ੇ ਦਾ ਸਾਥ ਦਿਓ। ਆ ਜਿੰਨੇ ਵੀ ਮੇਰੇ ਵੀਰ ਟਰੱਕਾਂ ਵਾਲੇ ਆ ਰਹੇ ਨੇ, ਬੜੀ ਖੁਸ਼ੀ ਦੀ ਗੱਲ ਹੈ, ਉਹ ਜਿਹੜੇ ਜਿੱਥੇ ਟੋਲ ਪਲਾਜ਼ੇ ਦੀ 50 ਰੁਪਈਏ ਦੀ ਪਰਚੀ ਸੀਗੀ, ਤੁਸੀਂ 50 ਨਾ ਖਰਚੋ, ਤੁਸੀਂ ਘੱਟੋ ਘੱਟ 20 ਰੁਪਈਏ ਇੱਥੇ ਇਹਨਾਂ ਨੂੰ ਦੇ ਕੇ ਜਾਓ। ਜਿੱਥੇ ਟੋਲ ਪਲਾਜ਼ੇ ਦੀ 150 ਰੁਪਈਆ ਪਰਚੀ ਆ, ਤੁਸੀਂ 150 ਨਾ ਖਰਚੋ, ਘੱਟੋ ਘੱਟ 50 ਰੁਪਈਏ 100 ਰੁਪਈਏ ਇੱਥੇ ਕਿਸਾਨ ਯੂਨੀਅਨ ਦੇ ਕੇ ਜਾਓ, ਕਿਉਂਕਿ ਕੱਲ੍ਹ ਨੂੰ ਜਿਹੜਾ ਸੰਘਰਸ਼ ਹੈ ਇਹ ਸੰਘਰਸ਼ ਦਿੱਲੀ ਤੱਕ ਜਾਣਾ, ਐਵੇਂ ਗੱਲਾਂ ਨਹੀਂ ਬਣਨੀਆਂ। ਨਹੀਂ ਤਾਂ ਤੁਹਾਨੂੰ ਘਰੋਂ ਬਾਹਰ ਨਿਕਲਣ 'ਤੇ ਆਪਣੇ ਮੋਟਰ ਤੱਕ ਜਾਣ 'ਤੇ ਵੀ ਟੈਕਸ ਦੇਣਾ ਪਊਗਾ। ਇਸ ਸੰਘਰਸ਼ ਨੂੰ ਕਾਮਯਾਬ ਕਰੋ ਮੇਰੇ ਵੀਰ। ਆਹ ਦੇਖੋ ਪੰਨੂ ਸਾਹਿਬ, ਇੱਧਰ ਇਹ ਟਰੱਕਾਂ ਵਾਲੇ ਲੰਘ ਰਹੇ ਨੇ, ਇਹਨਾਂ ਨੂੰ ਕੋਈ ਟੋਲ ਪਲਾਜ਼ਾ ਨਹੀਂ ਪੈ ਰਿਹਾ। ਪਿੱਛੇ ਕਾਰਾਂ, ਉਹ ਪਿੱਛੇ ਹੋਰ ਵੀ ਟਰੱਕ ਆ ਰਹੇ ਨੇ, ਅਤੇ ਇਹ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਹੈ, ਸਮਝਣ ਵਾਲੀ ਗੱਲ ਇਹ ਹੈ। ਅਤੇ ਮੈਂ ਤੁਹਾਡੀ ਗੱਲ ਕਰਾਉਣਾ ਇੱਥੇ ਬਲਦੇਵ ਸਿੰਘ ਜੀ, ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਭਾਰਤੀ ਕਿਸਾਨ ਯੂਨੀਅਨ ਵੱਲੋਂ। ਸਾਥੀਓ, ਮੈਂ ਬਲਦੇਵ ਸਿੰਘ ਜੀਰਾ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਅੱਜ ਜੋ ਸਾਡਾ ਆਰਡੀਨੈਂਸਾਂ ਨੂੰ, ਜੋ ਹੁਣ ਕਾਲੇ ਕਾਨੂੰਨ ਬਣ ਚੁੱਕੇ ਆ, ਉਹਨਾਂ ਨੂੰ ਲੈ ਕੇ ਜੋ ਸਾਡਾ ਸੰਘਰਸ਼ ਚੱਲ ਰਿਹਾ ਵਾ, 31 ਕਿਸਾਨ ਜਥੇਬੰਦੀਆਂ ਨੇ ਅਸੀਂ ਫੈਸਲਾ ਕੀਤਾ ਵਾ ਵੀ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਸਰਕਾਰ, ਸੈਂਟਰ ਦੀ ਮੋਦੀ ਹਕੂਮਤ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਨਾ ਤਾਂ ਅਸੀਂ ਕੋਈ ਟੂਲ ਪਲਾਜ਼ਾ ਚੱਲਣ ਦੇਵਾਂਗੇ, ਨਾ ਕੋਈ ਰਿਲਾਇੰਸ ਦਾ ਪੰਪ ਚੱਲਣ ਦੇਵਾਂਗੇ। ਕਾਰਪੋਰੇਟ ਘਰਾਣਿਆਂ ਦੇ ਜਿੰਨੇ ਵੀ ਅਦਾਰੇ ਪੰਜਾਬ ਦੇ ਵਿੱਚ ਆ, ਅਸੀਂ ਉਹ ਸਾਰੇ ਬੰਦ ਕਰਾਂਗੇ। ਨਾਲ ਦੀ ਨਾਲ ਅਸੀਂ ਰੇਲ ਵੀ ਰੋਕੀਆਂ ਵਾ। ਸੋ ਇਸ ਵੇਲੇ ਪੰਜਾਬ ਦਾ ਕਿਸਾਨ ਪੂਰੀ ਹਿੰਮਤ ਨਾਲ, ਪੂਰੀ ਯੁਰਤ ਨਾਲ ਕਹਿ ਦਈਏ, ਲੜਾਈ ਲੜ ਰਹੇ ਹਾਂ। ਉਹਦੇ ਕੜੀ ਦੇ ਤਹਿਤ ਹੀ ਅਸੀਂ ਕੋਟ ਕਰੋੜ ਦਾ ਜਿਹੜਾ ਟੂਲ ਪਲਾਜ਼ਾ ਵਾ ਬੰਦ ਕੀਤਾ ਹੋਇਆ ਵਾ। ਤੀਜਾ ਦਿਨ ਅੱਜ ਲਗਾਤਾਰ ਦਿਨਪੁਰ ਰਾਤ ਇਹ ਧਰਨਾ ਚੱਲ ਰਿਹਾ ਵਾ, ਅਤੇ ਅਸੀਂ ਤਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ, ਦੇਖੋ ਭਰਾਓ, ਜੇ ਅੱਜ ਆਪਾਂ ਨਾ ਲੜੇ, ਜੇ ਅੱਜ ਅਸੀਂ ਹਿੰਮਤ ਨਾ ਕੀਤੀ, ਤਾਂ ਇਹਨਾਂ ਅੰਬਾਨੀਆਂ ਅਡਾਨੀਆਂ ਨੇ ਸਾਡੀਆਂ ਜ਼ਮੀਨਾਂ ਖੋਲ੍ਹ ਲੈਣੀਆਂ ਵਾ, ਫਿਰ ਸਾਡੇ ਕੋਲ ਪਛਤਾਉਣ ਤੋਂ ਬਿਨਾਂ ਹੋਰ ਕੋਈ ਨਹੀਂ ਹੋਊਗਾ। ਬੜਾ ਬੁਰਾ ਲੱਗੂਗਾ ਜਦੋਂ ਦਾਤਰੀ ਚੱਕ ਕੇ ਆਪਦੀ ਜ਼ਮੀਨ ਦੇ ਵਿੱਚ ਦਿਹਾੜੀ ਗਏ। ਸੋ ਇਸ ਕਰਕੇ ਸਾਰਿਆਂ ਵੀਰਾਂ ਨੂੰ ਮੇਰੀ ਤਾਂ ਅਪੀਲ ਆ, ਵੱਧ ਤੋਂ ਵੱਧ ਭਰਾਓ, ਅੱਜ ਘਰਾਂ 'ਚੋਂ ਬਾਹਰ ਨਿਕਲੋ, ਪਿੰਡਾਂ 'ਚ ਬੈਠ ਕੇ ਤਾਸ਼ਾਂ ਨਾ ਖੇਡੋ, ਅੱਜ ਸਾਨੂੰ ਸੰਘਰਸ਼ਾਂ 'ਚ ਆਉਣ ਦੀ ਲੋੜ ਆ। ਅੱਜ ਤੁਹਾਡੇ ਭਰਾ ਤੁਹਾਨੂੰ ਧਰਨਿਆਂ 'ਚ ਬੈਠੇ ਆਵਾਜ਼ ਮਾਰ ਰਹੇ ਆ ਵੀ ਇਹਨਾਂ ਅਕਾਲੀ ਕਾਂਗਰਸੀਆਂ ਦਾ ਖਹਿੜਾ ਛੱਡੋ, ਕਿਉਂਕਿ ਜਿੱਥੇ ਕਿਸਾਨ ਘੋਲ ਚੱਲ ਰਿਹਾ ਵਾ ਉੱਥੇ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ, ਇਹਨਾਂ ਦਾ ਜਿਹੜਾ ਕਿਰਦਾਰ ਨੰਗਾ ਹੋ ਰਿਹਾ ਵਾ, ਉਹ ਸਾਡੇ ਘੋਲ ਨੂੰ ਠਿੱਬੀ ਮਾਰਨ ਵਾਲਾ ਹੋ ਰਿਹਾ ਵਾ, ਕਿਉਂਕਿ ਸਾਡੇ ਧਰਨਿਆਂ ਦੇ ਬਰਾਬਰ ਇਕੱਠ ਕਰ ਰਹੇ ਆ, ਬਰਾਬਰ ਉਹ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਕੋਈ ਟਰੈਕਟਰ ਮਾਰਚ ਕੱਢ ਰਿਹਾ। ਮੇਰਾ ਜੇ ਇੱਕ ਸਾਥੀ ਦੱਸਦਾ ਸੀ ਕਿ ਸਾਡੇ ਪਿੰਡੋਂ ਸੋਢੀ ਨਗਰ ਤੋਂ ਇੱਕ ਬੰਦੇ ਨੂੰ 1,000 ਦਾ ਤੇਲ ਅਤੇ 500 ਰੁਪਈਆ ਨਾਲ ਵੀ ਸਾਡੇ ਧਰਨਿਆਂ 'ਚ ਟਰੈਕਟਰ ਲੈ ਕੇ ਚੱਲੇ। ਅਕਾਲੀ ਕਾਂਗਰਸੀ ਇਹੋ ਜਿਹਾ ਇਕੱਠ ਇਕੱਠਾ ਕਰ ਰਹੇ ਆ, ਇਹੋ ਜਿਹੀ ਭੀੜ ਇਕੱਠੀ ਕਰ ਰਹੇ ਆ, ਪਰ ਸਾਨੂੰ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਇੱਕ ਅਪੀਲ ਕਰੂੰਗਾ ਭਰਾਓ, 500 ਰੁਪਈਏ ਨਾਲ ਕੋਈ ਜ਼ਿੰਦਗੀ ਨਹੀਂ ਲੰਘਣੀ ਗੀ, ਇਹਨਾਂ ਦੇ 500 ਨੂੰ ਚਲਾ ਕੇ ਪੈਰਾਂ 'ਚ ਮਾਰੋ, ਥੁੱਕੋ ਇਹਨਾਂ ਦੇ ਪੈਸਿਆਂ 'ਤੇ, ਅਸੀਂ ਕੀ ਲੈਣਾ ਇਹਨਾਂ ਦੇ 500 ਰੁਪਈਏ ਤੋਂ? ਇਹਨਾਂ ਦਾ ਸਾਥ ਨਾ ਦਿਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਹੁਣ ਜਾਗ ਚੁੱਕਾ ਵਾ, ਇਹਨਾਂ ਦੀਆਂ ਗੱਲਾਂ 'ਚ ਨਹੀਂ ਆਊਗਾ, ਅਤੇ ਆਪਦੇ ਭਰਾਵਾਂ ਦੇ ਧਰਨਿਆਂ 'ਚ ਪਹੁੰਚੋ, ਨਾ ਕਿ ਇਹਨਾਂ ਲੋਕਾਂ ਦੇ ਧਰਨਿਆਂ 'ਚ ਪਹੁੰਚੋ। ਦੂਜੀ ਬੇਨਤੀ ਹੈ ਮੇਰੀ ਕਲਾਕਾਰ ਵੀਰਾਂ ਨੂੰ ਵੀ ਦੇਖੋ ਭਰਾਓ, ਤੁਸੀਂ ਵੀ ਵੱਖਰੀ ਡਫਲੀ ਨਾ ਵਜਾਓ,
ਆਓ। ਅਸੀਂ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ ਅਤੇ ਤੁਸੀਂ ਇਹ ਕਿਹਾ ਸੀਗਾ ਵੀ ਅਸੀਂ ਕਿਸਾਨ ਜਥੇਬੰਦੀਆਂ ਜਿਵੇਂ ਕੋਈ ਕਾਲ ਦੇਣਗੀਆਂ ਉਸ ਅਨੁਸਾਰ ਹੀ ਚੱਲਾਂਗੇ, ਪਰ ਹੁਣ ਲੱਗ ਰਿਹਾ ਵਾ ਵੀ ਉਸ ਗੱਲ ਤੋਂ ਰਹਿ ਨਹੀਂ ਗਏ, ਉਸ ਗੱਲ ਤੋਂ ਕੋਈ ਪਾਸਾ ਕਰ ਲਿਆ। ਸੋ ਜਿੰਨਾ ਅਕਾਲੀ ਅਤੇ ਕਾਂਗਰਸੀ ਨੁਕਸਾਨ ਕਰ ਰਹੇ ਆ ਵੱਖਰੇ ਪ੍ਰੋਗਰਾਮ ਰੱਖ ਕੇ, ਅਤੇ ਤੁਸੀਂ ਵੀ ਉਸੇ ਸ਼੍ਰੇਣੀ 'ਚ ਆਓਗੇ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਬਰਾਬਰ ਪ੍ਰੋਗਰਾਮ ਰੱਖਣੇ, ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਵੀ ਕਿਸਾਨ ਘੋਲਾਂ ਨੂੰ ਸਾਬੋਤਾਜ ਕਰਨ ਵਾਸਤੇ ਉਹਨੂੰ ਠਿੱਬੀ ਮਾਰਨ ਦੀ ਕਾਰਵਾਈ ਕਰ ਰਹੇ ਹਾਂ। ਸੋ ਸਾਡੇ ਭਰਾਵਾਂ ਤੁਸੀਂ, ਸਾਡੇ ਧੀਆਂ ਪੁੱਤਾਂ ਤੋਂ ਸਾਨੂੰ ਅਸੀਂ ਅਪੀਲ ਕਰਦੇ ਹਾਂ ਉਸੇ ਨਾਂ 'ਤੇ ਵੀ ਵੱਖਰੀ ਡਫਲੀ ਨਾ ਵਜਾਓ, ਕੁਛ ਨਹੀਂ ਨਿਕਲਣਾ ਪੰਜਾਬ ਦਾ। ਅੱਗੇ ਇਹਨਾਂ ਲੀਡਰਾਂ ਨੇ ਬੜਾ ਬੇੜਾ ਗਰਕ ਕੀਤਾ ਵਾ, ਹੁਣ ਪੰਜਾਬ ਆ ਰਹੀ ਆ ਵੀ ਆਪਾਂ ਤਕੜੇ ਹੋ ਕੇ ਸਾਰੇ ਭਰਾ ਹਮਲਾ ਮਾਰ ਲਈਏ, ਪੰਜਾਬ ਦਾ ਨੌਜਵਾਨ ਅੱਜ ਸਾਡੇ ਨਾਲ ਤੁਰਿਆ ਵਾ। ਸੋ ਇਸ ਕਰਕੇ ਬੇਨਤੀ ਆ, ਕੋਈ ਵੀ ਵੱਖਰੀ ਡਫਲੀ ਨਾ ਵਜਾਓ। ਜਿਹੜੇ ਕਿਸਾਨ ਜਥੇਬੰਦੀਆਂ ਨੇ ਤੁਹਾਨੂੰ ਕਾਲ ਦਿੱਤੀ ਆ, ਉਸੇ ਕਾਲ 'ਤੇ ਫੁੱਲ ਚੜਾਓ, ਅਤੇ ਵੱਧ ਤੋਂ ਵੱਧ ਜਿਹੜਾ ਤੁਹਾਨੂੰ ਪੁਆਇੰਟ ਨੇੜੇ ਪੈਂਦਾ ਉਸੇ ਪੁਆਇੰਟ 'ਤੇ ਜਾ ਕੇ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ 'ਚ ਸ਼ਾਮਿਲ ਹੋਵੋ। ਇੱਕ ਬੇਨਤੀ ਸਾਡੀਆਂ ਔਰਤ ਭੈਣਾਂ ਨੂੰ ਆ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ, ਦੇਖੋ ਤੁਸੀਂ ਮਾਈ ਭਾਗੋ ਦੀਆਂ ਵਾਰਸ ਹੋ, ਇਸ ਪੰਜਾਬ ਨੂੰ ਬਚਾਉਣਾ ਵਾ ਤੁਹਾਡਾ ਵੀ, ਜੇ ਪੁੱਤ ਬਚਾਉਣੇ ਆ ਜ਼ਮੀਨਾਂ ਬਚਾਉਣੀਆਂ ਵਾ, ਕਿਉਂਕਿ ਅੱਗੇ ਪੰਜਾਬ ਦੀ ਜਵਾਨੀ ਇਹਨਾਂ ਨੇ ਨਸ਼ਿਆਂ 'ਚ ਗਾਲਤੀ ਆ। ਤੁਹਾਡੇ ਪੁੱਤ ਰੂੜੀਆਂ 'ਤੇ ਡਿੱਗੇ ਮਿਲਦੇ ਆ, ਨਾਲੀਆਂ 'ਚ ਡਿੱਗੇ ਮਿਲਦੇ ਆ, ਉਹ ਭਲਾ ਕਿਉਂ ਮਿਲਦੇ ਆ? ਕਿ ਇਹਨਾਂ ਅਕਾਲੀਆਂ ਕਾਂਗਰਸੀਆਂ ਦੀ ਵਜ੍ਹਾ ਕਰਕੇ। ਅੱਜ ਜੇ ਤੁਹਾਡੇ ਪੁੱਤ ਧਰਨਿਆਂ ਵੱਲ ਨੂੰ ਆਏ ਆ, ਤੁਹਾਡੀ ਨੌਜਵਾਨ ਆਏ ਆ ਧਰਨਿਆਂ ਵੱਲ ਨੂੰ, ਤਾਂ ਤੁਸੀਂ ਉਹਨਾਂ ਨੂੰ ਹੌਸਲਾ ਵਧਾਓ, ਆ ਕੇ ਧਰਨਿਆਂ ਦੇ ਵਿੱਚ ਤੁਸੀਂ ਵੀ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਸਾਡੇ ਨਾਲ ਧਰਨਿਆਂ 'ਚ ਬੈਠੋ ਆ ਕੇ, ਤਾਂ ਕਿ ਆਪਾਂ ਇੱਕ ਵੱਡੀ ਅਤੇ ਲਾਮਿਸਾਲ ਤਾਕਤ ਬਣ ਕੇ ਉੱਭਰੀਏ। ਜਿਹੜੀ ਇਹਨਾਂ ਲੀਡਰਾਂ ਨੂੰ, ਜਿਨ੍ਹਾਂ ਨੇ ਸਾਡੇ ਪੁੱਤ ਮਾਰੇ ਆ, ਜਿਨ੍ਹਾਂ ਨੇ ਸਾਡੀ ਜਵਾਨੀ ਖਤਮ ਕੀਤੀ ਆ, ਕੁਛ ਜਹਾਜ਼ਾਂ 'ਤੇ ਚਾੜ ਗਏ, ਇੱਥੋਂ ਦੁਖੀ ਹੋ ਗਏ, ਕੁਛ ਮਾਰੇ ਗਏ, ਟੀਕੇ ਲਾ ਕੇ ਮਾਰੇ ਗਏ, ਇਹਨਾਂ ਨੂੰ ਦੱਸੀਏ ਵੀ ਅਸੀਂ ਹੁਣ ਸਾਰੇ ਹਿਸਾਬ ਕਿਤਾਬ ਲਵਾਂਗੇ, ਇਹੋ ਜਿਹੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੀ ਦੱਸਾਂਗੇ। ਇਹ ਸਾਡਾ ਘੇਰਨ ਦਾ ਮੁੱਖ ਕਾਰਨ ਇਹੀ ਆ। ਇਹਨਾਂ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਪੰਜਾਬ ਵੱਲ ਮੂੰਹ ਨਾ ਕਰਿਆ ਜੇ, ਅਬਾਨੀ ਅਡਾਨੀ ਜੇ ਇਹ ਸਮਝਦੇ ਆ। ਦੇਖੋ ਪੰਜਾਬ ਦਾ ਕਿਸਾਨ ਵੱਟ ਪਿੱਛੇ ਭਰਾ ਮਾਰ ਦਿੰਦਾ, ਇੱਕ ਵੱਟ ਪਿੱਛੇ ਭਰਾ ਮਾਰ ਦਿੰਦਾ ਵਾ, ਅਤੇ ਅਬਾਨੀ ਅਡਾਨੀ ਇਹ ਨਾ ਸਮਝਣ ਵੀ ਸਾਡੇ ਤੋਂ ਸੌਖੀ ਜ਼ਮੀਨ ਲੈ ਜਾਣਗੇ। ਬੜੀ ਔਖੀ ਆ, ਕਿਉਂਕਿ ਜ਼ਮੀਨ ਨੂੰ ਪੰਜਾਬ ਦਾ ਕਿਸਾਨ ਮਾਂ ਸਮਝਦਾ ਵਾ, ਸੋ ਸੌਖੀ ਨਹੀਂ ਗੀ ਦੋਸਤੋ। ਅਬਾਨੀ ਅਡਾਨੀਆਂ ਨੂੰ ਸਾਡੀ ਚੇਤਾਵਨੀ ਆ, ਜੇ ਅਸੀਂ ਤੁਹਾਡੇ ਆਹ ਟੂਲ ਪਲਾਜੇ ਰਿਲਾਇੰਸ ਦੇ ਪੰਪ ਬੰਦ ਕਰਾ ਸਕਦੇ ਹਾਂ, ਫਿਰ ਤੁਸੀਂ ਇਹ ਕਿੱਥੋਂ ਸੋਚ ਸਕਦੇ ਹੋ ਕਿ ਪੰਜਾਬ ਦਾ ਕਿਸਾਨ ਤੁਹਾਨੂੰ ਜ਼ਮੀਨਾਂ ਦੇ ਦੂਗਾ? ਸੋ ਸਾਡੀ ਚੇਤਾਵਨੀ ਨੂੰ ਮੰਨੋ, ਭੱਜੋ ਇੱਥੋਂ, ਜਿੱਥੇ ਹੈਗੇ ਉੱਥੇ ਰਹੋ, ਪੰਜਾਬ ਵੱਲ ਮੂੰਹ ਨਾ ਕਰੋ, ਇਹ ਔਖਾ ਹੋ ਜੂ ਕੰਮ ਤੁਹਾਡੇ ਵਾਸਤੇ। ਭਰਾਵਾਂ ਨੂੰ ਫਿਰ ਬੇਨਤੀ ਆ ਵੀ ਯਾਰ, ਜਿੱਥੇ ਜਿੱਥੇ ਵੀ ਆਪਣੇ ਪ੍ਰੋਗਰਾਮ ਆ, ਜਿੱਥੇ ਜਿੱਥੇ ਆਪਣੇ ਚੱਲ ਰਹੇ ਧਰਨੇ ਆ, ਵੱਧ ਤੋਂ ਵੱਧ ਗਿਣਤੀ ਸਾਰੇ ਪਹੁੰਚੋ, ਤਾਕਤ ਵਧਾਓ, ਆਪਦੀ ਤਾਕਤ ਇਕੱਠੀ ਕਰੀਏ, ਕੋਈ ਵੱਖਰੀ ਡਫਲੀ ਨਾ ਵਜਾਓ। ਨੌਜਵਾਨ 'ਚ ਜਿੱਥੇ ਜੋਸ਼ ਆ ਉੱਥੇ ਹੋਸ਼ ਨਾਲ ਵੀ ਕੰਮ ਲੈਣ, ਅਤੇ ਇਹ ਕਿਹੜਾ ਸਬੂਤ ਦੇਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਰਤੀ ਕਿਸਾਨ ਕ੍ਰਾਂਤੀਕਾਰੀ ਜਿੰਦਾਬਾਦ, ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ, ਕਿਸਾਨ ਜਥੇਬੰਦੀਆਂ ਦਾ ਇੱਕਾ ਜਿੰਦਾਬਾਦ, ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ, ਲੜਦੇ ਲੋਕ ਜਿੰਦਾਬਾਦ। ਅੱਜ 31 ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਹ ਜਿਹੜਾ ਟੋਲ ਪਲਾਜ਼ਾ ਕੋਟ ਕਰੋੜ ਆ, ਇਹ ਮੁਕੰਮਲ ਬੰਦ ਕੀਤਾ ਗਿਆ ਅਤੇ ਰਾਹਗੀਰਾਂ ਨੂੰ ਫਰੀ ਇਹ ਲਗਾਇਆ ਗਿਆ, ਕਿਉਂਕਿ ਜਿਹੜੀ ਮੋਦੀ ਸਰਕਾਰ ਆ ਉਹ ਕਿਸਾਨਾਂ 'ਤੇ 3 ਆਰਡੀਨੈਂਸ ਜਿਹੜੇ ਲੈ ਕੇ ਆਈ ਆ ਉਹ ਕਿਸਾਨਾਂ ਦੇ ਵਿਰੋਧੀ ਆ, ਕਿਸਾਨਾਂ ਦਾ ਉਹਦੇ ਨਾਲ ਲੱਕ ਟੁੱਟਣਾ। ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਉਹਨਾਂ 'ਤੇ ਫੈਸਲੇ 'ਤੇ ਅੱਜ ਟੋਲ ਪਲਾਜ਼ੇ ਜਿਹੜੇ, ਜਾਂ ਇਹਨਾਂ ਦੇ ਕੋਈ ਮਾਲ ਆ, ਜਾਂ ਕੋਈ ਇਹਨਾਂ ਦੇ ਪੰਪ ਆ, ਜਾਂ ਰੇਲਵੇ ਜਿਹੜੇ ਟਰੈਕ ਆ, ਤਕਰੀਬਨ ਮੁਕੰਮਲ ਪੰਜਾਬ ਦੇ ਵਿੱਚ ਇਹ ਬੰਦ ਕੀਤੇ ਗਏ ਆ। ਇਹ ਜਿਹੜਾ ਇਹ ਟੋਲ ਪਲਾਜ਼ਾ, ਇਹ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਹ ਮੁਕੰਮਲ ਬੰਦ ਕੀਤਾ। ਜੋ ਵੀ ਅੱਗੇ 31 ਜਥੇਬੰਦੀਆਂ ਦੀ ਕਾਲ ਆਊਗੀ ਉਹਦੇ ਅਸੀਂ ਫੁੱਲ ਚੜ੍ਹਾਵਾਂਗੇ, ਜੋ ਵੀ ਕੁਛ ਕਹਿਣਗੇ ਉਹ ਅਸੀਂ ਪ੍ਰਵਾਨ ਕਰਾਂਗੇ।